ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਬਣਾਵਾਂਗੇ ਜੀ ਉਪਮਾ। ਵੈਸੇ ਤਾਂ ਜੀ ਜਦੋਂ ਆਪਾਂ ਉਪਮਾ ਬਣਾਉਂਦੇ ਹਾਂ ਸੂਜੀ ਦਾ, ਉਹਦੇ ਵਿੱਚ ਦਾਲਾਂ ਵੀ ਐਡ ਕਰਦੇ ਹਾਂ ਅਤੇ ਸਬਜ਼ੀਆਂ ਵੀ ਐਡ ਕਰ ਲੈਂਦੇ ਹਾਂ, ਜਿੱਦਾਂ ਕਿ ਕਾਜੂ ਬਦਾਮ ਨੇ ਇਹ ਵੀ ਐਡ ਕਰ ਲੈਂਦੇ ਹਾਂ। ਤੁਹਾਡੇ ਆਪਣੇ ਉਹਦੇ 'ਤੇ ਡਿਪੈਂਡ ਕਰਦਾ, ਜਿੱਦਾਂ ਦਾ ਤੁਸੀਂ ਖਾਣਾ ਚਾਹੁੰਦੇ ਉੱਦਾਂ ਦਾ ਬਣਾ ਲੈਂਦੇ ਹੋ। ਪਰ ਜਿਹੜਾ ਆਪਾਂ ਨੇ ਇਹ ਲਿਆਂਦਾ, ਇਹਦੇ ਵਿੱਚ ਸਾਰਾ ਕੁਛ ਹੀ ਮਿਕਸ ਆ, ਵਿੱਚੇ ਹੀ ਦਾਲਾਂ ਵਗੈਰਾ, ਰਾਈ, ਨਮਕ ਨੁਮਕ ਸਾਰਾ ਕੁਛ ਵਿੱਚੇ ਮਿਕਸ ਕੀਤਾ ਹੋਇਆ ਅਤੇ ਬਣਾਉਣਾ ਵੀ ਆਸਾਨ ਆ ਅਤੇ ਬਣ ਵੀ ਬਹੁਤ ਜਲਦੀ ਜਾਂਦਾ। ਇਹ ਇੱਕ ਕੌਲੀ ਲਈ ਹੈ ਜੀ ਆਪਾਂ ਨੇ ਪ੍ਰੀ ਮਿਕਸ, ਜਿਹੜਾ ਆਪਾਂ ਨੂੰ ਮਿਲਿਆ ਇਹਦੇ ਵਿੱਚ ਸਾਰਾ ਕੁਛ ਐਡ ਆ। ਅਤੇ ਥੋੜ੍ਹੇ ਜਿਹੇ ਮੂੰਗਫਲੀ ਦਾ ਦਾਣੇ ਲਏ ਨੇ, ਥੋੜ੍ਹੇ ਜਿਹੇ ਕਾਜੂ ਲਏ ਨੇ, ਥੋੜ੍ਹੇ ਜਿਹੇ ਲਏ ਨੇ ਆਪਾਂ ਨੇ ਮਟਰ। ਅਤੇ ਇਹ ਤੁਹਾਡੀ ਆਪਣੀ ਚੁਆਇਸ ਆ, ਪਾਉਣਾ ਨਾ ਪਾਉਣਾ। ਜੇ ਤੁਸੀਂ ਇਦੋਂ ਵੀ ਥੋੜ੍ਹਾ ਸਪਾਈਸੀ ਖਾਣਾ ਚਾਹੁੰਦੇ ਹੋ ਤਾਂ ਥੋੜ੍ਹੀ ਤੁਸੀਂ ਮਿਰਚ, ਲਾਲ ਜਹਾਂ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ। ਵੈਸੇ ਸਾਨੂੰ ਤਾਂ ਥੋੜ੍ਹਾ ਘੱਟ ਹੀ ਵਧੀਆ ਲੱਗਦਾ, ਤੁਹਾਡੇ ਅੰਕਲ ਮਹਿਕ ਦੇ ਡੈਡੀ ਕਿਉਂਕਿ ਬਾਹਰ ਰਹਿਣ ਕਰਕੇ ਮਿਕਸ ਫੌਜ ਦੇ ਵਿੱਚ ਰਹੇ ਨੇ, ਇਹਨਾਂ ਦੀ ਮਿਕਸ ਪਲਟਣ ਹੁੰਦੀ ਸੀਗੀ ਉਹਦੇ ਵਿੱਚ, ਕਿਉਂਕਿ ਇਡਲੀ, ਡੋਸਾ, ਸਾਂਬਰ, ਇਹ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਉਪਮਾ ਵਗੈਰਾ ਬਣਦਾ ਸੀਗਾ, ਉਹ ਲੈ ਕੇ ਆਏ ਸੀਗੇ। ਕਾਫੀ ਦਿਨਾਂ ਦੇ ਸਾਨੂੰ ਕਹਿ ਰਹੇ ਸੀ ਬਣਾ ਦਿਓ ਬਣਾ ਦਿਓ ਬਣਾ ਦਿਓ। ਅੱਜ ਥੋੜ੍ਹਾ ਮੌਸਮ ਥੋੜ੍ਹਾ ਠੰਡਾ ਜਿਹਾ ਸੀਗਾ, ਚਲੋ ਕਿ ਅਸੀਂ ਬਣਾ ਲੈਂਦੇ ਹਾਂ। ਵੈਸੇ ਤਾਂ ਹੁਣ ਠੰਡ ਕਾਫੀ ਵੱਧਦੀ ਹੋਈ ਜਾਣੀ ਆ, ਕਿਉਂਕਿ ਦਿਨ ਹੀ ਹੁਣ ਇੱਦਾਂ ਦੇ ਪੋਹ ਦਾ ਮਹੀਨਾ ਆ ਗਿਆ। ਇਹ ਜਿਹੜਾ ਆਪਾਂ ਨੇ ਪਾਣੀ ਲਿਆ, ਇਹ ਜਿਹੜਾ ਆਪਾਂ ਨੇ ਇਹ ਮਟੀਰੀਅਲ ਲਿਆ, ਇਹਦੇ ਨਾਲ ਇਹ ਇੱਕ ਕੌਲੀ ਆ ਅਤੇ ਪਾਣੀ ਲਿਆ ਆਪਾਂ ਨੇ ਤਿੰਨ ਕੌਲੀਆਂ, ਕਿਉਂਕਿ ਸੂਜੀ ਆ ਜਿਹੜੀ ਇਹ ਪਾਣੀ ਕਾਫੀ ਪੀ ਜਾਂਦੀ ਆ ਅਤੇ ਫਿਰ ਇਹਨੇ ਰਿੱਝਣਾ ਵੀ ਹੁੰਦਾ ਕਿਉਂਕਿ ਕੱਚੀ ਹੁੰਦੀ ਆ ਬਿਲਕੁਲ। ਅਤੇ ਆਪਾਂ ਪਾਣੀ ਰੱਖ ਦਿੰਦੇ ਹਾਂ ਉਨੀ ਦੇਰ, ਜਦੋਂ ਪਾਣੀ ਰਿੱਝਣ ਲੱਗੂਗਾ ਉਦੋਂ ਆਪਾਂ ਨੇ ਇਹ ਸੂਜੀ ਵਾਲਾ ਮਟੀਰੀਅਲ ਆ ਜਿਹੜਾ ਸਾਰਾ ਇਹਦੇ ਵਿੱਚ ਐਡ ਕਰਨਾ। ਜਦ ਤੱਕ ਆਪਾਂ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਭੁੰਨ ਲੈਂਦੇ ਹਾਂ। ਅਤੇ ਇਹਦੇ ਵਿੱਚ ਜੀ ਆਪਾਂ ਨੇ ਅੱਧਾ ਕੁ ਚਮਚ ਦੇਸੀ ਘਿਓ ਦਾ ਪਾ ਲਿਆ, ਕਿਉਂਕਿ ਉਹਦੇ ਵਿੱਚ ਆਪਾਂ ਨੇ ਤੜਕਾ ਵਗੈਰਾ ਕੁਛ ਵੀ ਨਹੀਂ ਲਾਉਣਾ ਹੈਗਾ। ਅਤੇ ਇਹੀ ਆਪਾਂ ਚੱਕ ਕੇ ਉਹਦੇ ਵਿੱਚ ਐਡ ਕਰ ਦਾਂਗੇ, ਪਾਣੀ ਫੇਰ ਕੇ ਉਹਦੇ ਵਿੱਚ ਹੀ ਸੁੱਟ ਦਾਂਗੇ। ਅਤੇ ਬਸ ਇਹਨਾਂ ਨੂੰ ਥੋੜ੍ਹਾ ਜਿਹਾ ਭੁੰਨ ਲੈਣਾ ਆਪਾਂ ਨੇ, ਕਿਉਂਕਿ ਸਿੱਲੀਆਂ ਹੁੰਦੀਆਂ ਨੇ ਥੋੜ੍ਹੀਆਂ ਜਿਹੀਆਂ ਇਹ। ਇੱਦਾਂ ਹੀ ਕਾਜੂ ਥੋੜ੍ਹੇ ਜਿਹੇ ਫਰਾਈ ਕਰ ਲੈਣੇ ਨੇ। ਅਤੇ ਜੀ ਆਪਾਂ ਥੋੜ੍ਹਾ ਕਰਾਰਾ ਖਾਂਦੇ ਹਾਂ ਅਤੇ ਆਪਾਂ ਥੋੜ੍ਹੀ ਜਿਹੀ ਮਿਰਚ ਐਡ ਕਰ ਲੈਂਦੇ ਹਾਂ। ਇਹ ਮਟਰ ਆਪਾਂ ਨੇ ਬੋਇਲ ਕੀਤੇ ਹੋਏ ਨੇ, ਜੇ ਤੁਸੀਂ ਬੋਇਲ ਨਹੀਂ ਕੀਤੇ ਤਾਂ ਤੁਸੀਂ ਉਹ ਪਾਣੀ ਦੇ ਵਿੱਚ ਪਾ ਦਿਓ ਜਦੋਂ ਸੂਜੀ ਪਾਉਣੀ ਆਪਾਂ ਨੇ, ਅਤੇ ਆਪਾਂ ਨੇ ਬੋਇਲ ਕੀਤੇ ਹੋਏ ਨੇ ਆਪਾਂ ਇਹਦੇ ਵਿੱਚ ਹੀ ਸੁੱਟ ਦਿੰਦੇ ਹਾਂ, ਕਿਉਂਕਿ ਸਾਰਾ ਮਟੀਰੀਅਲ ਆਪਾਂ ਇਕੱਠਾ ਵਿੱਚ ਪਾ ਦਾਂਗੇ। ਅਤੇ ਬਸ ਜੀ ਇਹਨਾਂ ਨੂੰ ਇੰਨਾ ਕੁ ਫਰਾਈ ਕਰਨਾ, ਕਿਉਂਕਿ ਇਹਨਾਂ ਦਾ ਕੱਚਾਪਨ ਥੋੜ੍ਹਾ ਜਿਹਾ ਚਲੇ ਜਾਵੇ ਤਾਂ ਫਿਰ ਇਹ ਟੇਸਟੀ ਵੀ ਲੱਗਦੇ ਨੇ ਜ਼ਿਆਦਾ। ਅਤੇ ਪਾਣੀ ਆਪਣਾ ਲੱਗ ਗਿਆ ਜੀ ਰਿੱਝਣ, ਅਤੇ ਹੁਣ ਆਪਾਂ ਇਹ ਮਟੀਰੀਅਲ ਜਿਹੜਾ ਇਹਦੇ ਵਿੱਚ ਐਡ ਕਰ ਦਿੰਦੇ ਹਾਂ। ਹਾਂ ਦੇਖੋ ਸਾਰਾ ਸਮਾਨ ਆ ਜਿਹੜਾ ਉੱਪਰ ਆ ਗਿਆ। ਬਣਾਉਣ ਲਈ ਜੀ ਸਿਰਫ 2-3 ਮਿੰਟ ਹੀ ਚਾਹੀਦੇ ਨੇ, ਕਿਉਂਕਿ ਸੂਜੀ ਪੱਕ ਜਾਂਦੀ ਹੈ ਜਿਹਦੀ ਕੁਛ ਪਹਿਲਾਂ ਵੀ ਉਹਨਾਂ ਨੇ ਥੋੜ੍ਹੀ ਐਵੇਂ ਲੱਗਦਾ ਮੈਂ ਕਿ ਜਿਵੇਂ ਥੋੜ੍ਹੀ ਰੋਸਟ ਜਿਹੀ ਕੀਤੀ ਹੁੰਦੀ ਹੈ ਨਾ। ਹਾਂਜੀ, ਕਿਉਂਕਿ ਰੋਸਟ ਕਰਕੇ ਫਿਰ ਉਹ ਬਣਦਾ ਹੀ ਨਹੀਂ, ਫਿਰ ਖਰਾਬ ਹੁੰਦੀ ਹੈਗੀ ਜਦੋਂ ਇੰਨਾ ਮਟੀਰੀਅਲ ਪਾਇਆ ਹੋਇਆ ਵਿੱਚ। ਅਤੇ ਲਓ ਜੀ ਆਪਣਾ ਇਹ ਤਕਰੀਬਨ ਇਹਨੇ ਸਾਰਾ ਪਾਣੀ ਪੀ ਲਿਆ, ਕਿੰਨੀ ਵਧੀਆ ਸੂਜੀ ਚਮਕਦੀ ਹੈ, ਰਾਈ ਬੜੀ ਸੋਹਣੀ ਲੱਗਦੀ ਹੈ ਵਿੱਚ ਮੈਨੂੰ ਇਹਦੇ। ਥੋੜ੍ਹਾ ਕੁ ਹੋਰ ਭੁੰਨ ਲਵਾਂਗੇ ਕਿਉਂਕਿ ਉੱਪਰ 5-7 ਮਿੰਟ ਲੱਗ ਗਏ। ਪਾ ਦਿੰਦੇ ਹਾਂ ਨਾ ਵਿੱਚ, ਹਾਂਜੀ, ਕਿਉਂਕਿ ਫਿਰ ਇਹ ਥੋੜ੍ਹੇ ਸੌਫਟ ਵੀ ਹੋ ਜਾਣਗੇ। ਇਹ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਜਿਹੜਾ ਕੋਈ ਘਿਓ ਜ਼ਿਆਦਾ ਖਾਂਦਾ, ਇੱਥੇ ਹੋਰ ਤੁਸੀਂ ਥੋੜ੍ਹਾ ਘਿਓ ਵੀ ਪਾ ਸਕਦੇ ਹੋ ਉਹਦੇ ਵਿੱਚ, ਪਰ ਅਸੀਂ ਥੋੜ੍ਹਾ ਜਿਹਾ ਅੱਜ ਕੱਲ੍ਹ ਘਿਓ ਘਟਾਇਆ ਹੋਇਆ। ਉਪਮਾ ਜੀ ਆਪਣਾ ਤਿਆਰ ਆ, ਦੇਖਣ ਨੂੰ ਤਾਂ ਬੜਾ ਵਧੀਆ ਲੱਗ ਰਿਹਾ, ਬਾਕੀ ਟੇਸਟ ਕਰਕੇ ਪਤਾ ਲੱਗੂਗਾ ਵੀ ਕਿੱਦਾਂ ਦਾ। ਅਸੀਂ ਥੋੜ੍ਹੀ ਮਿਰਚ ਵੀ ਪਾ ਲਈ ਨਾ ਵਿੱਚ, ਥੋੜ੍ਹਾ ਸਪਾਈਸੀ ਵਧੀਆ ਲੱਗਦਾ, ਜੇ ਫਿੱਕਾ ਜਿਹਾ ਹੋਵੇ ਇੰਨਾ ਵਧੀਆ ਵੀ ਨਹੀਂ ਲੱਗਦਾ। ਬਾਕੀ ਹਰ ਕਿਸੇ ਦਾ ਆਪੋ ਆਪਣਾ ਟੇਸਟ ਆ, ਅਤੇ ਬਣਿਆ ਬੜਾ ਵਧੀਆ। ਆਪਾਂ ਉਪਮਾ ਖਾ ਕੇ ਦੇਖਦੇ ਹਾਂ, ਬਹੁਤ ਦੇਰ ਬਾਅਦ ਖਾਣਾ। ਅਸੀਂ ਇਹਨੂੰ ਜ਼ਿਆਦਾ ਇੰਨਾ ਉਹ ਨਹੀਂ ਕਰਦੇ ਨਾ ਪਸੰਦ, ਮੈਂ ਕਹਾਂ ਨਾ ਫਿਰ ਵੀ ਲੱਗਦਾ ਤਾਂ ਟੇਸਟ ਹੀ ਆ। ਵੈਸੇ ਆਪਣੇ ਦਿਮਾਗ 'ਚ ਜਿਹੜੀ ਚੀਜ਼ ਬੈਠ ਗਈ ਵੀ ਨਹੀਂ ਖਾਣੀ, ਇੱਕ ਵਾਰ ਮੈਂ ਕਿਸੇ ਦੇ ਘਰ ਖਾਧਾ ਸੀਗਾ, ਮੈਨੂੰ ਨਹੀਂ ਟੇਸਟ ਲੱਗਿਆ ਸੀ, ਪਰ ਜਦੋਂ ਹੁਣ ਰਾਈ ਰੂਈ ਜ਼ਿਆਦਾ ਪਾਓ ਤੁਸੀਂ ਫਿਰ ਬਹੁਤਾ ਸਵਾਦ ਲੱਗਦਾ। ਮਹਿਕ ਇਹ ਸਾਨੂੰ ਨਹੀਂ ਪੁੱਤ ਪਤਾ ਸੀਗਾ ਵੀ ਉਪਮਾ ਇਡਲੀ ਡੋਸਾ ਹੁੰਦਾ, ਜਦ ਤਾਂ ਨਹੀਂ ਸੀਗੇ ਇਹਨੇ, ਮੈਨੂੰ ਤਾਂ ਫੌਜ 'ਚ ਜਾ ਕੇ ਪਤਾ ਲੱਗਿਆ, ਜ਼ਿਆਦਾਤਰ 3-1-0 ਮੀਡੀਅਮ ਰੈਜੀਮੈਂਟ 'ਚ, ਉੱਥੇ ਸਾਡੇ ਬ੍ਰੇਕਫਾਸਟ 'ਚ ਉਪਮਾ ਇਡਲੀ ਡੋਸਾ ਪਰੌਠਾ ਬਣਾਉਂਦੇ ਸੀਗੇ। ਹੁਣ ਤਾਂ ਫਿਰ ਮੈਂ 41 ਚਲਿਆ ਗਿਆ, ਉੱਥੇ ਨਹੀਂ ਬਣਾਉਂਦੇ ਸੀਗੇ, ਕਿਉਂਕਿ ਇਹ ਕੇਰਲਾ ਆਂਧਰਾ ਤਾਮਿਲਨਾਡੂ ਮਦਰਾਸ ਦੀ ਡਿਸ਼ ਜ਼ਿਆਦਾ ਆ। ਆਪਣੀ ਵੀ ਗਲੀ 'ਚ ਇੱਕ ਸਾਡੀ ਚਾਚੀ ਜੀ ਬਣਾਉਂਦੀ ਸੀਗੀ, ਮੈਂ ਤੇਰੀ ਕਈ ਵਾਰੀ ਮੰਮੀ ਨੂੰ ਕਿਹਾ ਵੀ ਜੇ ਉਹ ਬਣਾਉਣਗੇ ਮੈਨੂੰ ਲਿਆ ਕੇ ਦੇ, ਇਹਨੂੰ ਬਣਾਉਣ ਨੂੰ ਤਾਂ ਕੁਛ ਵੀ ਨਹੀਂ ਹੈਗਾ, ਕੜਾਹ ਨਾਲੋਂ ਵੀ ਸੌਖਾ। ਤੂੰ ਕਹਿੰਦੀ ਮੈਨੂੰ ਸਵਾਦ ਨਹੀਂ ਲੱਗਦਾ, ਮੈਨੂੰ ਸਵਾਦ ਲੱਗਦਾ, ਮੈਂ ਤਾਂ ਨਹੀਂ ਸੀ ਬਣਾਉਂਦੀ। ਹਾਂ ਆਹ ਦੇਖੋ ਕਿੰਨਾ ਬਹੁਤ ਵਧੀਆ, ਪਰ ਇਹ ਪਤਾ ਕੀ ਆ, ਮੈਂ ਕਿਹਾ ਫਰਕ ਆ ਇਹਦਾ, ਕਿਉਂਕਿ ਜਿਹੜੀਆਂ ਇੰਨੀਆਂ ਇਹਨਾਂ ਨੇ ਚੀਜ਼ਾਂ ਵਿੱਚ ਮਿਕਸ ਕੀਤੀਆਂ ਹੋਈਆਂ ਨੇ ਨਾ, ਉਹਦੀ ਵਜ੍ਹਾ ਕਾਰਨ ਇਹਦਾ ਟੇਸਟ ਜ਼ਿਆਦਾ ਵਧੀਆ। ਕੁਛ ਮੈਂ ਰਾਈ ਥੋੜ੍ਹੀ ਜਿਹੀ ਜ਼ਿਆਦਾ ਪਾਤੀ ਰਾਈ ਨਾਲ, ਕਿਉਂਕਿ
ज्यादा स्वाद लगता दसना है पूरी जड़ा थले आ रही है स्टेट वाइज जिमे जिमे लूट लगता हर एक जिदा फूड है जी ओनू हर किसी नु ओ वधिया लगता कि मैं डोसा भी पहली बारी अलवर जाके खादा सीगा ओ मैं ना इन्ने डोसे ले आई ओ किन्ने सारे सी ओ बनाउंदे भी बहुत ही ज्यादा वधिया ने ओहो मैडम मंद्रास दे सीगे साइड ते क्वार्टर हुंदा सी उहनां दा सत्त एडे एडे वड्डे डोसे ओ पींदे भी ओहदे नाल सीगे महक जिहड़ा पत्थर दा नहीं हुंदा पर हुण व्याह शादियां ते अपने नॉर्मल हरेक दे बनदा ही आ बहुत स्वाद लगदा टेस्टी हुंदा मैं अज जद तां कहिया वी उपमा बनाया मैं उहदा नौ सोचदा सीगा मेरे नौ नहीं याद आया उह लड़के दा की नौ सीगा छोटा साडा मित्तू बड़ा सीगा भरा लो जी ਬਹੁਤ ਹੀ ਟੇਸਟੀ ਔਰ ਬਹੁਤ ਹੀ ਸਵਾਦ ਸ਼ੂਗਰ ਤੈਨੂੰ ਬਣਾਉਣਾ ਆ ਗਿਆ ਮੈਂ ਬਣਾਉਣ ਨੂੰ ਕਿਵੇਂ ਸਾਰਾ ਕੁਝ ਹੀ ਬਣਾਉਣਾ ਆਉਂਦਾ ਮੈਨੂੰ ਐ ਹੋ ਜਾਂਦਾ ਵੀ ਜਿਹੜੀ ਚੀਜ਼ ਮੈਂ ਨਹੀਂ ਖਾਣੀ ਹੈਗੀ ਮੈਂ ਨਾ ਹੀ ਬਣਾਵਾਂ ਪਰ ਅੱਜ ਮੈਨੂੰ ਲੱਗਿਆ ਜੀ ਵਧੀਆ ਕਿਉਂਕਿ ਮਟੀਰੀਅਲ ਇਹਦੇ ਵਿੱਚ ਕਾਫੀ ਪਾਇਆ ਹੋਇਆ ਆਪਾਂ ਨੇ ਮੂੰਗਫਲੀ ਬਹੁਤ ਵਧੀਆ ਲੱਗ ਰਹੀ ਆ ਵਿੱਚ ਕਿਉਂਕਿ ਫੁੱਲ ਗਈ ਕੋਈ ਜਿੰਨਾ ਮਟੀਰੀਅਲ ਜੜ ਥੱਲੇ ਆਊਗਾ ਦੰਦਾ ਉਨਾ ਹੀ ਸਵਾਦ ਜ਼ਿਆਦਾ ਬਣੂਗਾ ਸਾਨੂੰ ਤਾਂ ਜੀ ਲੱਗਿਆ ਬਹੁਤ ਸਵਾਦ ਕਿਉਂਕਿ ਬੱਚੇ ਇਹੋ ਜਿਹੀਆਂ ਚੀਜ਼ਾਂ ਲਾਈਕ ਨਹੀਂ ਕਰਦੇ ਘੱਟ ਲਾਈਕ ਕਰਦੇ ਨੇ ਉਹਨਾਂ ਨੂੰ ਤਾਂ ਚੁਰਚਰੀਆਂ ਜ਼ਿਆਦਾ ਚੀਜ਼ਾਂ ਚਾਹੀਦੀਆਂ ਨੇ ਸਾਨੂੰ ਤਾਂ ਬਹੁਤ ਸਵਾਦ ਲੱਗਿਆ ਤੁਸੀਂ ਵੀ ਬਣਾਇਓ ਤੇ ਖਾਇਓ ਖਾਇਓ ਬੱਚਿਆਂ ਨੂੰ ਵੀ ਖਾਇਓ ਵੀਡੀਓ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਵੀ ਕਰਿਆ ਕਰੋ ਵੀ ਕਿੱਦਾਂ ਦੀ ਚੀਜ਼ ਬਣੀ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਸਾਨੂੰ ਵਧੀਆ ਵਧੀਆ ਕਮੈਂਟ ਕਰਦੇ ਹੋ ਸਾਡਾ ਹੌਸਲਾ ਦੁੱਗਣਾ ਚੌਗਣਾ ਹੋ ਜਾਂਦਾ ਤੇ ਇੱਥੇ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਹਾਂ ਤੇ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।